ਸਭ ਠੀਕ ਹੋ ਆ ਜਾਣਾ ਤੁਹਾਨੂੰ ਦੱਸਣਾ ਕਿ ਆਪਾਂ ਬੱਚਿਆਂ ਨੂੰ ਆਸਾਨੀ ਦੇ ਨਾਲ ਨਾ ਕਿੱਦਾਂ ਉਹਨੂੰ ਫੀਡ ਦੇ ਸਕਦੇ ਹਾਂ ਜਿੱਦਾਂ ਕਈ ਵਾਰੀ ਕਬੂਤਰ ਦਾਣਾ ਪਾਣੀ ਦੇਣਾ ਉਹਨੂੰ ਬੰਦ ਕਰ ਦਿੰਦੇ ਜਾਂ ਉੱਡ ਜਾਂਦੇ ਆ ਵੀਡੀਓ ਦੇਖਿਓ ਅੱਧੀ ਆ ਸੌਸ ਵਾਲੀ ਬੋਤਲ 'ਚ ਪਾਉਣਾ ਬਾਜਰਾ ਸਰੋਂ ਅਤੇ ਅੱਧਾ ਇਹਨੂੰ ਪਾਉਣਾ ਪਾਣੀ ਇਹ ਬੋਤਲ ਜਿਹੜਾ ਉੱਪਰਲਾ ਢੱਕਣ ਹੈ ਨਾ ਉਹਦੇ 'ਚ ਇੱਥੇ ਸੁਰਾਹ ਕਰ ਲਓ ਚਾਹੇ ਇੱਥੇ ਕਰ ਲਓ ਜਾਂ ਇੱਥੇ ਕਰ ਲਓ ਇੱਕ ਸੁਰਾਹ ਕਰ ਲੈਣਾ ਜਿਹਨਾਂ ਹਵਾ ਨਿਕਲਦੀ ਰਹੇ ਤਾਂ ਦਾਣਾ ਚੱਲਦਾ ਰਹੇ ਅੱਗੇ ਹੱਥ ਨਾਲ ਦਾਣਾ ਖਿਲਾਉਣ ਦੇ ਨਾਲ ਨਾ ਬੱਚਾ ਆਪਣਾ ਜਿੱਦਾਂ ਰੱਜਿਆ ਹੋਵੇ ਤਾਂ ਆਪਣੇ ਖਾਨੇ 'ਚ ਨਿਕਲਦਾ ਨਹੀਂ ਨਾ ਹੀ ਉਹਨੂੰ ਕੁੱਟ ਪੈਂਦੀ ਹੈ ਬਾਕੀ ਕਬੂਤਰਾਂ ਨੂੰ ਬੱਚੇ ਦਾ ਪੋਟ ਭਰ ਗਿਆ ਨਾ ਅਤੇ ਹੁਣ ਆਪਣੇ ਖਾਨੇ 'ਚ ਹਿੱਲੂ ਨਹੀਂ ਚੁੱਪ ਭਰ ਕੇ ਬੈਠਾ ਰੂ ਸ਼ਾਮ ਤੱਕ ਆਹ ਦੇਖੋ ਬੱਚੇ ਜਿਹੜਾ ਆਪਾਂ ਦਾਣੇ ਖਿਲਾਏ ਹੱਥ ਨਾਲ ਭਰ ਗਏ ਨਾ ਫੋਟੇ ਇਹਨਾਂ ਦੇ 10 ਮਿੰਟ ਵੀ ਨਹੀਂ ਲੱਗੇ ਆਪਾਂ ਨੂੰ ਇਹਦੀ ਆਹ ਵੀਡੀਓ ਜੇ ਤੁਹਾਨੂੰ ਵਧੀਆ ਲੱਗੇ ਉਹਨੂੰ ਲਾਈਕ ਅਤੇ ਸ਼ੇਅਰ ਕਰੋ।